ਬਹੁਤ ਜ਼ਿਆਦਾ ਕਿੱਲਾ ਹੋਇਆ ਜੀ, ਗਿਣਤੀ 'ਚ ਕੋਈ ਨਹੀਂ, ਕਈ ਪਿੰਡ ਮਾਰੇ ਗਏ ਤੇ ਮੇਰੇ ਖਿਆਲ ਨਾਲ ਘੱਟੋ ਘੱਟ ਵੀ ਇੱਥੇ 50 ਪਿੰਡਾਂ ਦਾ ਨੁਕਸਾਨ ਹੋਇਆ। ਖਨੌਰੀ ਤੋਂ ਲੈ ਕੇ ਲਾ ਲਿਆ ਵੀ ਇੱਥੋਂ ਜਿੱਥੋਂ ਹਰਿਆਣੇ ਦਾ ਬਾਰਡਰ ਲੱਗਦਾ ਉੱਥੇ ਤੋਂ ਸਾਰਾ ਨੁਕਸਾਨ ਹੋਇਆ। ਕਿਤੇ ਨਾ ਕਿਤੇ ਮੌਸਮ ਵਿਭਾਗ ਨੇ ਦੁਬਾਰੇ ਵੀ ਅਲਰਟ ਜਾਰੀ ਕਰਿਆ ਨਾ ਪੂਰਾ ਸਤਾਰ ਹੈ ਜੀ, ਪੂਰਾ ਸਤਾਰ ਹੈ ਸੰਦ ਸਾਡਾ ਪੋਤਾ ਬੀਜਣ ਨੂੰ ਜੀ ਨਹੀਂ ਕਰ ਸਾਡਾ ਪੋਤਾ ਬੀਜਿਆ ਕੱਲ ਫਿਰ ਨੁਕਸਾਨ ਹੋਏਗਾ ਜੇ ਐਤਕੀ ਨਾ ਗੌਰ ਕੀਤੀ ਫਿਰ ਸਾਡਾ ਉਹੀ
ਟੁੱਟਣ ਦਾ ਹੀ ਵੈਸੇ ਪ੍ਰਸ਼ਾਸਨ ਦੀ ਦੇਖ ਰੇਖ ਨਹੀਂ ਕੋਈ ਚੱਜ ਨਾਲ ਕੋਈ ਸਫਾਈ ਨਹੀਂ ਕੁਛ ਨਹੀਂ ਮੋਗੇ ਤੇ ਆ ਕੇ ਕਹਿ ਦਿੰਦੇ ਨੇ ਕੋਈ ਪਹਿਲਾਂ ਕੋਈ ਪੁੱਛ ਕਿਸ ਨਹੀਂ ਕਰਦਾ ਇਹਦੀ ਹੁਣ ਫਿਰ ਦੁਬਾਰਾ ਮੌਸਮ ਵਿਭਾਗ ਨੇ ਕਿਤੇ ਨਾ ਕਿਤੇ ਅਲਰਟ ਜਾਰੀ ਕੀਤਾ ਮੀਂਹ ਦਾ ਕਿਵੇਂ ਲੱਗਦਾ ਫਿਰ ਦੁਬਾਰਾ ਘੱਗੜ ਦਾ ਡਰ ਸਤਾਰੇ ਹਾਂਜੀ ਡਰ ਤਾਂ ਜਦ ਤੱਕ ਇਹਦਾ ਮੌਸਮ ਦਾ ਰਹਿੰਦਾ ਉਦੋਂ ਤੱਕ ਤਾਂ ਰਹਿੰਦਾ ਹੀ ਡਰ ਇਹਦਾ ਹੁਣ ਸਫਾਈ ਵਗੈਰਾ ਕੀਤੀ ਘੱਗੜ ਦੀ ਕੋਈ ਸਫਾਈ ਨਹੀਂ ਕੁਛ ਨਹੀਂ ਕੀਤਾ ਜੀ ਹੁਣ ਕਿਵੇਂ ਲੱਗਦਾ ਵੀ ਕੋਈ ਪ੍ਰਸ਼ਾਸਨ ਵੱਲੋਂ ਗੇੜਾ ਮਾਰਿਆ ਗਿਆ ਇੱਥੇ ਸਾਡੇ ਹਿਸਾਬ ਨਾਲ ਤਾਂ ਕੋਈ ਫਿਲਹਾਲ ਕੋਈ ਗੇੜਾ ਨਹੀਂ ਮਾਰਿਆ ਗਿਆ ਜੀ ਕਿੰਨਾ ਕੁ ਨੁਕਸਾਨ ਸੀ ਪਿੱਛੇ ਜਦੋਂ ਟੁੱਟਿਆ ਤੁਸੀਂ ਲਾ ਲਓ ਸਾਹਿਬ ਜੀ ਚਾਰ ਪੰਜ ਪਿੰਡਾਂ ਦੇ ਵਿੱਚ ਤਾਂ ਪਾਣੀ ਬਿਲਕੁਲ ਹੀ ਝੋਨਾ ਮਰ ਗਿਆ ਦੁਬਾਰੇ ਦਵਾਇਆ ਜੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਜੀ ਕਿਸੇ ਨੂੰ ਦੇਣ ਨਾਲੋਂ ਤਾਂ ਚੰਗਾ ਇਹਦੀ ਸਫਾਈ ਕਰੀ ਜਾਏ ਇਹਦਾ ਗੱਲ ਕਰਿਆ ਜਾਏ ਸਾਨੂੰ ਮੰਗਤੇ ਨਾ ਬਣਾਇਆ ਜਾਏ ਪ੍ਰਬੰਧ ਕੋਈ ਨਹੀਂ ਕੀਤੀ ਜਾਂਦੀ ਨਹੀਂ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ